ਅੱਜ ਇੱਥੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਅਤੇ ਪੀਪੀਸੀ ਦੇ ਜਾਨਾ ਸਕੱਤਰ ਬਿਗਰਮਜੀਤ ਸਿੰਘ ਚੌਧਰੀ ਨੇ ਸਤਲੁਜ ਦਰਿਆ ਦੇ ਕਿਨਾਰੇ ਗਾਂਧੀ ਧਾਮ ਤੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ ਅਤੇ 2 ਕਰੋੜ 30 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ। ਐਮਪੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਅੱਜ ਦੇ ਦਿਨ 12 ਫਰਵਰੀ 1948 ਨੂੰ ਇੱਥੇ ਸਤਲੁਜ ਦਰਿਆ ਦੇ ਕਿਨਾਰੇ ਰਾਸ਼ਟਰਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਸਨ। ਉਹਨਾਂ ਨੇ ਕਿਹਾ, ਕਾਂਗਰਸ ਪਾਰਟੀ ਹਮੇਸ਼ਾ 12 ਫਰਵਰੀ ਤੋਂ ਇਲਾਵਾ ਇੱਥੇ ਰਾਸ਼ਟਰਪਿਤਾ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਸ਼ਰਧਾਂਜਲੀਆਂ ਭੇਟ ਕਰਨ ਲਈ ਚਚੇਰੇ ਤੌਰ ਤੇ ਪਹੁੰਚਦੇ ਹਨ। ਪੀਪੀਸੀ ਦੇ ਜਾਨਾ ਸਕੱਤਰ ਬਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਸਾਨੂੰ ਰਾਸ਼ਟਰਪਿਤਾ ਦੇ ਦਰਸਾਏ ਹਿੰਸਾ ਦੇ ਮਾਰਗ ਤੇ ਚੱਲਦੇ ਹੋਏ ਦੇਸ਼ ਦਾ ਸਰਬਪੱਖੀ ਵਿਕਾਸ ਕਰੀਏ। ਉਹਨਾਂ ਨੇ ਕੈਪਟਨ ਸਰਕਾਰ ਵੱਲੋਂ ਗਾਂਧੀ ਧਾਮ ਲਈ ਜਾਰੀ ਕੀਤੀ 2 ਕਰੋੜ 30 ਲੱਖ ਰੁਪਏ ਰਾਸ਼ੀ ਲਈ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬਲਾਕ ਸੰਮਤੀ ਫਲੋਰ ਦੇ ਚੇਅਰਮੈਨ ਦਵਿੰਦਰ ਸਿੰਘ ਲਸਾੜਾ, ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਮੱਖਣ ਸਿੰਘ ਖਹਿਰਾ, ਮਾਰਕੀਟ ਕਮੇਟੀ ਗਰਾਇਆਂ ਦੇ ਚੇਅਰਮੈਨ ਦਾਰਾ ਸਿੰਘ ਬੁੱਪਾ ਰਾਏ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੌਲ, ਆੜ੍ਹਤੀਆ ਐਸੋਸੀਏਸ਼ਨ ਫਲੌਰ ਦੇ ਪ੍ਰਧਾਨ ਗੁਲਸ਼ਨ ਹੂਜਾ, BDPO ਰਾਮਪਾਲ ਸਿੰਘ ਰਾਣਾ, ਸੀਨੀਅਰ ਕਾਂਗਰਸੀ ਆਗੂ ਬੀਬੀ ਅਮਰਜੀਤ ਕੌਰ ਬੱਲੂ, ਪਿੰਡ ਪੰਜ ਢੇਰਾਂ ਦੇ ਸਰਪੰਚ ਸ਼ਿੰਦਰਪਾਲ, ਬੀਬੀ ਮਨਜੀਤ ਕੌਰ ਪੰਚ, ਅਸ਼ੋਕ ਫਲੌਰੀਆ ਨੰਬਰਦਾਰ ਰਾਮਗੜ੍ਹ, ਮਾਸਟਰ ਆਨੰਦ ਕਿਸ਼ੋਰ, ਡਾਕਟਰ ਸੁਰਜੀਤ ਸਾਬਕਾ ਪੰਚ, ਕਮਲ ਕਿਸ਼ੋਰ ਸਾਬਕਾ, ਅਨੰਤ ਕੁਮਾਰ ਰਾਮਗੜ੍ਹ, ਅਮਰਜੀਤ ਪੰਜ ਢੇਰਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਇਹ ਖਾਸ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਸਮਾਰਕ 'ਤੇ ਅੱਜ ਅਸੀਂ ਸਾਰੇ ਹੀ ਰਲ ਕੇ ਵਿਕਰਮ ਚੌਧਰੀ ਔਰ ਸਾਰੇ ਹੀ ਫਲੋਰ ਬਲੋਕ ਦੇ ਸਾਡੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਪਾਰਟੀ ਦੇ ਕਾਰਿਆਕਰਤਾ ਸਾਰੇ ਹੀ ਮਿਲ ਕੇ ਅੱਜ 12 ਫਰਵਰੀ ਜਦੋਂ ਕਿ 1948 ਵਿੱਚ ਮਹਾਤਮਾ ਗਾਂਧੀ ਜੀ ਦੇ ਜੋ ਐਸ਼ਜ਼ ਹੈ ਜੋ ਇੱਥੇ ਜਲ ਪ੍ਰਵਾਹ ਕੀਤੇ ਗਏ ਸੀ ਔਰ ਉਦੋਂ ਤੋਂ ਹੀ ਹਰ ਸਾਲ ਇਸ ਦਿਨ ਇੱਥੇ ਫੂਲ ਮਲਾਵਾਂ ਅਸੀਂ ਭੇਟ ਕਰਨ ਆਉਂਦੇ ਹਾਂ। ਮਹਾਤਮਾ ਗਾਂਧੀ ਜੀ ਦਾ ਬਹੁਤ ਵੱਡਾ ਬਲੀਦਾਨ ਹੈ ਦੇਸ਼ ਵਾਸਤੇ, ਜਿੱਥੇ ਉਹਨੇ ਆਜ਼ਾਦੀ ਦੀ ਲੜਾਈ ਲੜੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਨਾਲ ਜਿਹੜਾ ਦੇਸ਼ ਹੈ ਬਹੁਤ ਅੱਗੇ ਵਧਿਆ, ਦੇਸ਼ ਦੀ ਬਹੁਤ ਤਰੱਕੀ ਹੋਈ ਹੈ। ਅੱਜ ਭਾਰਤ ਵਰਸ਼ ਪਹਿਲੀ ਕਤਾਰ ਵਿੱਚ ਦੁਨੀਆ ਦੀ ਖੜ੍ਹਾ ਹੈ। ਇਹ ਸਾਰਾ ਹੀ ਯੋਗਦਾਨ ਮਹਾਤਮਾ ਗਾਂਧੀ ਜੀ ਦਾ ਸੀ, ਜਿਹਨਾਂ ਨੇ ਅਖੀਰ 'ਚ ਆਪਣਾ ਬਲੀਦਾਨ ਦਿੱਤਾ ਦੇਸ਼ ਦੀ ਏਕਤਾ ਔਰ ਅਖੰਡਤਾ ਵਾਸਤੇ। ਔਰ ਅੱਜ ਅਸੀਂ ਨੀਂਹ ਪੱਥਰ ਵੀ ਰੱਖਿਆ ਕਿਉਂਕਿ ਇਹ ਸਮਾਰਕ ਇਸਦਾ ਨਵੀਨੀਕਰਨ, ਸੁੰਦਰੀਕਰਨ ਔਰ ਇਸ ਦੀ ਲੈਂਡਸਕੇਪਿੰਗ ਕਰਨ ਅਸੀਂ ਜਾ ਰਹੇ ਹਾਂ। ਦਿਹਾਤੀ ਵਿਕਾਸ ਮਹਿਕਮੇ ਵੱਲੋਂ ਪੰਜ ਢੇਰਾਂ ਪਿੰਡ ਜਿਹੜਾ ਬਲੋਕ ਫਲੋਰ ਦਾ ਉਸ ਦੇ ਵਿੱਚ ਇਹ ਜਗ੍ਹਾ ਆਉਂਦੀ ਹੈ ਔਰ ਬਹੁਤ ਵੱਡਾ ਅਮਾਊਂਟ ਵਿਕਰਮ ਚੌਧਰੀ ਨੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਸੈਂਕਸ਼ਨ ਕਰਾਇਆ ਔਰ ਬਹੁਤ ਜਲਦ ਅੱਜ ਤੋਂ ਅਸੀਂ ਸ਼ੁਰੂ ਕਰਨਾ ਔਰ ਇਸ ਦੀ ਸੁੰਦਰੀਕਰਨ ਹੋਏਗਾ, ਇਸ 'ਤੇ ਬੂਟੇ ਲਗਾਏ ਜਾਣਗੇ, ਲੈਂਡਸਕੇਪਿੰਗ ਹੋਏਗੀ ਔਰ ਇਸਦਾ ਨਵ ਨਿਰਮਾਣ ਹੀ ਇੱਕ ਕਿਸਮ ਦਾ ਹੋਏਗਾ ਕਿਉਂਕਿ ਇਤਿਹਾਸਿਕ ਸਥਾਨ ਹੈ। ਇਸ ਕਰਕੇ ਅਸੀਂ ਚਾਹੁੰਦੇ ਕਿ ਹਰ ਸਾਲ ਇੱਥੇ ਮੇਲਾ ਲੱਗੇ, ਪਹਿਲਾਂ ਇੱਥੇ ਹਰ ਸਾਲ ਸਰਵੋਦਿਆ ਮੇਲਾ ਇਸ ਸਥਾਨ 'ਤੇ ਲੱਗਦਾ ਸੀ ਔਰ ਅਸੀਂ ਉਸ ਨੂੰ ਮੁੜ ਕੇ ਰਿਵਾਈਵ ਕਰਨਾ ਚਾਹੁੰਦੇ ਹਾਂ ਔਰ ਇੱਥੇ ਹਰ ਸਾਲ ਇਸ ਦਿਨ ਮੇਲੇ ਲੱਗਣ ਔਰ ਜਿਹੜੀ ਯੁਵਾ ਪੀੜ੍ਹੀ ਆ, ਅੱਜ ਦੀ ਜਿਹੜਾ ਨਵੀਂ ਜਨਰੇਸ਼ਨ ਹੈ, ਉਹ ਮਹਾਤਮਾ ਗਾਂਧੀ ਜੀ ਦੇ ਜਿਹੜੇ ਦਿੱਤੇ ਹੋਏ ਸਿਧਾਂਤ ਹੈ, ਜਿਹੜੇ ਕਿ ਸਮਾਰਕ 'ਤੇ ਲਿਖੇ ਵੀ ਹੋਏ ਆ, ਉਹਨਾਂ ਨੂੰ ਅਪਣਾਉਣ ਔਰ ਆਪ ਵੀ ਅੱਗੇ ਵਧਣ ਔਰ ਦੇਸ਼ ਨੂੰ ਵੀ ਅੱਗੇ ਲਿਆ। ਪਿਤਾ ਮਹਾਤਮਾ ਗਾਂਧੀ ਜੀ ਦੇ ਗਾਂਧੀ ਧਾਮ 'ਤੇ ਅੱਜ ਅਸੀਂ ਮਾਨਯੋਗ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਦੀ ਤਰੀਕ 12 ਫਰਵਰੀ 2021 ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਕਰਦੇ ਹੋਏ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਦੀ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ। ਇੱਕ ਲੰਬੀ ਮੰਗ ਸੀ
साड़ी भी कांग्रेस वर्करा दी भी कि राष्ट्रपिता जी का जिहड़ा ये समारग है ये धाम बनिया है जिथे कि एम पी साहब ने दसिया 12 फरवरी 1948 नू गांधी जी दे इत्थे अस्त आए सी उन्होंने आशिज इत्थे आए सी तां सतलुज दरिया विच जल प्रवाह होए सी उदों दा इत्थे धाम बनिया है। साड़ी पार्टी दी बड़े लंबे अरसे तो यह कोशिश सी कि इस समारग नू गांधी जी दी याद होर बेहतर बनाया जावे इनू सुंदर बनाया जावे इनू ऐसा बनाया जावे कि आने वाली जिहड़ी नवी जनरेशन है जो युवा पीढ़ी है जो वो गांधी जी दे दिखाए हुए मार्ग उन्हां दे दिखाए हुए रस्ते ते इत्थों प्रेरणा लैण और अपने जीवन विच उस नू अपना के अपना अपने परिवार दा और अपने देश दा नाम रोशन करन। असी चौधरी साहब दा माननीय मुख्यमंत्री कैप्टन अमरिंदर सिंह जी दा समुची लीडरशिप दा धन्नवाद करदे हां कि साडी इह मंग पूरी कीती गई और असी एक प्रपोजल बना के भेजी जिहदे विच तकरीबन 2,30,00,000 रुपया इस समारग नू इस समारग ते पहुँचण वाला जिहड़ा रस्ता है उस नू और इहदे आले दुआले जिन्ना भी इत्थे असी लैंड देख रहे हैं जगह देख रहे हैं उसनों असी ब्यूटीफाई करांगे उहदे आने वाले दिनों विच असी जिद्दां एम पी साहब ने दस्या इत्थे बहुत वड्डे पद्धर ते लैंडस्केपिंग फुल बूटे घा लगेगी जिहड़ी तकरीबन 700 मीटर की अप्रोच रोड है जिथों आपां आउंदे आ बहुत खस्ता हालत है बहुत उहदी बुरी हालत है। जदों भी कांग्रेस की सरकार बनी है असी कोशिश करके इत्थे आने वाला जिहड़ा रस्ता है उहदी असी मरम्मत कराई है उहनूं दुबारा तो असी रीकारपेट कराया पर असी कैप्टन साहब का चौधरी साहब का धन्नवाद करते हैं कि इहदा जिहड़ा एंट्रेंस है वह तकरीबन 700 मीटर की एंट्रेंस से असी इंटरलॉक टाइल इदा के खजूर के पेड़ असी बेंचेस सोलर लाइट्स लैंडस्केपिंग करन जा रहे हैं। इत्थे असी एक बहुत वधिया एक कवर्ड शैड बना रहे हैं जिथे महीनेरी आने भी जदों इत्थे साडे इलाके विच दूरों दूरों लोग आउणगे उन्हां नूं सुविधा मिले इत्थे असी एक बड़ा वधिया एक पौंड बनाउण जा रहे हैं। ये बहुत असी एक वधिया तरीके नाल इस समारग नूं असी एक नया रूप देण जा रहे हैं और साडा टीचा है कि आने वाली 2 अक्तूबर तक असी इस काम नूं पूरा करके इलाका निवासियों नूं देश वासियों नूं एक बहुत एक अच्छा समारग बना के गांधी जी की जिहड़ी याद है उन्हूं असी ताज़ा कर सकीए। मैं एक बारी फिर सारयां दा इत्थे आउण ते धन्नवाद करदा और सारे